ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ ਤਵੀਆਂ, ਟਰੈਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ ਜੀਪ ਗੱਡੀ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕੋਈ ਮੇਰਾ ਵੀਰ ਐਡ ਕਰਵਾਉਣ ਵਾਲੀ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਸ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ। ਥੈਂਕ ਯੂ ਵੀਰੇ। ਸੋ ਵੀਰੇ, ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ, ਮੈਸੇਜ ਆਉਂਦੇ ਨੇ ਰੇਟ ਬਾਰੇ ਵੀ ਰੇਟ ਜ਼ਿਆਦਾ ਰੱਖੇ ਗਏ ਚੀਜ਼ਾਂ ਦਾ। ਸੋ ਉਸਦੇ ਰਿਗਾਰਡਿੰਗ ਵੀਰੇ ਆਪਾਂ ਦੱਸਣ ਲੱਗੇ ਹਾਂ ਕਿ ਜੋ ਕੋਈ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਹੈ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੇ ਗਈ ਇੱਕ ਡਿਮਾਂਡ ਹੈ ਵੀਰੇ, ਜੋ ਪ੍ਰਾਈਸ ਮੌਕੇ ਤੇ ਘੱਟ ਹੋਵੇਗਾ। ਸੋ ਜੇ ਕੋਈ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ ਤਾਂ ਮਾਲਕ ਵੀਰਾਂ ਨਾਲ ਫੋਨ ਤੇ ਕਨੈਕਟ ਕਰਕੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਸੈੱਟ ਕਰਕੇ ਚੀਜ਼ ਤੁਸੀਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ, 5 ਗੱਡੀਆਂ ਨੇ ਵੀਰੇ, 1 ਕੋਠੀ ਹੈ। ਗੱਡੀਆਂ ਦੇ ਵਿੱਚ ਆਪਣੇ ਕੋਲ ਫੋਰਡ ਫੈਸਟਾ ਗੱਡੀ ਹੈ, ਟਾਟਾ ਸਫਾਰੀ ਗੱਡੀ ਹੈ, ਸਵਿਫਟ ਡਿਜ਼ਾਇਰ ਗੱਡੀ ਹੈ, ਹੁੰਡਾਈ ਏਸੈਂਟ ਗੱਡੀ ਹੈ ਤੇ ਟੋਇਟਾ ਨੋਵਾ ਗੱਡੀ ਹੈ। ਇਹ 5 ਗੱਡੀਆਂ ਨੇ ਵੀਰੇ, 1 ਕੋਠੀ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਫੋਰਡ ਫੈਸਟਾ ਬਾਰੇ। ਫੋਰਡ ਫੈਸਟਾ ਵੀਰੇ 2007 ਮਾਡਲ ਗੱਡੀ ਹੈ, ਡੀਜ਼ਲ ਵਰਜਨ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਹੈ। ਗੱਡੀ ਦੇ ਜੋ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ ਸਾਫ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਟੌਪ ਕਲਾਸ ਦੇ ਅਲੋਏ ਵੀ ਲੱਗੇ ਨੇ ਵੀਰੇ। ਜੈੱਡ ਬਲੈਕ ਕਲਰ ਦੇ ਵਿੱਚ ਗੱਡੀ ਹੈ, ਵਧੀਆ ਸਾਫ ਸੁਥਰੀ ਕੰਡੀਸ਼ਨ ਹੈ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਬਾਕੀ ਕੋਈ ਮੇਜਰ ਐਕਸੀਡੈਂਟ ਨਹੀਂ, ਡੈਮੇਜ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਪਾਵਰ ਗੱਡੀ ਹੈ ਸਾਰੀ, ਬਿਲਕੁਲ ਓਕੇ ਕੰਡੀਸ਼ਨ ਹੈ। ਪੰਜਾਬ ਨੰਬਰ ਹੈ ਵੀਰੇ, VIP ਨੰਬਰ ਹੈ, ਬਿਲਕੁਲ ਓਕੇ ਕੰਡੀਸ਼ਨ ਹੈ ਗੱਡੀ ਦੀ। ਏਰੀਆ ਵੀਰੇ ਨਵਾਂ ਸ਼ਹਿਰ ਏਰੀਆ ਵੀਰਾਂ ਦਾ, ਉੱਥੇ ਲਾਗੇ ਪਿੰਡ ਹੈ। ਗੱਡੀ ਦੀ ਜੋ ਕੀਮਤ ਰੱਖੀ ਗਈ ਹੈ 1,30,000 ਰੁਪਇਆ ਡਿਮਾਂਡ ਹੈ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ। ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨੂੰ ਕੋਠੀ ਦਿਖਾ ਰਹੇ ਹਾਂ, ਅਮਰਪੁਰਾ ਬਸਤੀ ਬਠਿੰਡਾ ਵਿਖੇ ਇਹ ਕੋਠੀ ਹੈ ਵੀਰੇ, ਗਲੀ ਨੰਬਰ 4 ਦੇ ਵਿੱਚ। ਦੋ ਸਾਈਡ ਗਲੀ ਲੱਗਦੀ ਹੈ ਵੀਰੇ, ਗਲੀ ਨੰਬਰ 4 ਦੇ ਵਿੱਚ ਮੇਨ ਗੇਟ ਹੈ ਕੋਠੀ ਦਾ, ਗਲੀ ਨੰਬਰ 3.5 ਦੇ ਵਿੱਚ ਵੀਰੇ ਛੋਟਾ ਗੇਟ ਰੱਖਿਆ ਗਿਆ ਹੈ। 260 ਗਜ਼ ਜਗ੍ਹਾ ਵੀਰੇ ਟੋਟਲ, ਇਹ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਪ੍ਰੋਪਰ ਕੋਠੀ ਤਿਆਰ ਕਰਵਾਈ ਗਈ ਹੈ ਵੀਰਾਂ ਨੇ, ਜਿਸ ਦੇ ਵਿੱਚ ਵੀਰੇ ਸਟੋਰ ਰੂਮ ਹੈ, 2 ਬੈਡਰੂਮ ਨੇ, ਅਟੈਚ ਬਾਥਰੂਮ ਹੈ, 1 ਸਾਈਡ ਤੇ ਬਾਹਰ ਬਾਥਰੂਮ ਹੈ ਵੀਰੇ, ਲੌਬੀ, ਡਰਾਇੰਗ ਰੂਮ ਵਗੈਰਾ, ਟੋਟਲ ਕੰਪਲੀਟ ਕੋਠੀ ਹੈ। ਮਾਰਬਲ ਲੱਗਿਆ ਹੋਇਆ ਵੀਰੇ ਕੋਠੀ ਦੇ ਵਿੱਚ, ਬਾਕੀ ਪੇਂਟ ਵਗੈਰਾ ਹੋਇਆ ਪਿਆ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਮਾਲਕ ਵੀਰਾਂ ਨੇ ਖੁਦ ਰਹਿਣ ਲਈ ਵੀਰੇ ਕੋਠੀ ਤਿਆਰ ਕਰਵਾਈ ਸੀ, ਬਟ ਹੁਣ ਵੀਰ ਹੈ ਜੋ ਬਾਹਰ ਸ਼ਿਫਟ ਹੋ ਰਹੇ ਨੇ, ਪ੍ਰੋਪਰ ਫੈਮਿਲੀ ਬਾਹਰ ਜਾ ਰਹੀ ਹੈ, ਇਸ ਕਰਕੇ ਵੀਰੇ ਕੋਠੀ ਸੇਲ ਕਰ ਰਹੇ ਨੇ। ਵਧੀਆ ਲੋਕੇਸ਼ਨ ਦੇ ਉੱਪਰ ਕੋਠੀ ਹੈ ਵੀਰੇ, ਬਕਾਇਦਾ ਗਲੀ ਵਗੈਰਾ ਦੀ ਕੰਡੀਸ਼ਨ, ਬਾਕੀ ਸਾਰੀ ਸੁਸਾਇਟੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਟੈਕਸ ਵਗੈਰਾ ਪੇ ਨੇ, ਇਹਦੇ ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਵੀਰੇ। ਸਿੰਗਲ ਸਟੋਰ ਕੋਠੀ ਹੈ, ਛੱਤ ਹੈ ਜਿਹੜੀ ਉਹ ਓਪਨ ਹੈ, ਪਾਰਕਿੰਗ ਸਲੋਟ ਬਣਿਆ ਹੋਇਆ ਵੀਰੇ, ਪਾਰਕ ਵਗੈਰਾ ਬਣਿਆ ਹੋਇਆ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਕੋਠੀ ਦੀ ਜੋ ਕੀਮਤ ਰੱਖੀ ਗਈ ਹੈ ਵੀਰੇ 25,00,000 ਰੁਪਇਆ ਸਾਰੀ ਜਗ੍ਹਾ ਤੇ ਕੋਠੀ ਦੀ ਕੀਮਤ ਹੈ, ਬਾਕੀ ਮੌਕੇ ਤੇ ਹਲਕਾ ਫੁਲਕਾ ਡਿਸਕਾਊਂਟ ਹੋ ਜਾਊਗਾ। ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਬਕਾਇਦਾ ਪ੍ਰੋਪਰ ਤੁਸੀਂ ਚੈੱਕ ਕਰਕੇ ਪੇਪਰ ਵਗੈਰਾ, ਲੋਕੇਸ਼ਨ ਵਗੈਰਾ ਚੈੱਕ ਕਰਕੇ ਕੋਠੀ ਖਰੀਦ ਸਕਦੇ ਹੋ। ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਏਰੀਆ ਵੀਰੇ ਅਮਰਪੁਰਾ ਬਸਤੀ, ਗਲੀ ਨੰਬਰ 4, ਬਠਿੰਡਾ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਟਾਟਾ ਸਫਾਰੀ ਗੱਡੀ ਦਿਖਾ ਰਹੇ ਹਾਂ, ਟਾਟਾ ਸਫਾਰੀ EX ਗੱਡੀ ਹੈ ਵੀਰੇ, 2006 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ, ਜੈੱਡ ਬਲੈਕ ਕਲਰ ਦੇ ਵਿੱਚ ਗੱਡੀ ਹੈ ਵੀਰੇ, ਵਧੀਆ ਟੌਪ ਕਲਾਸ ਦੀ ਕੰਡੀਸ਼ਨ ਹੈ। ਗੱਡੀ ਦੇ ਟਾਇਰ ਨੇ 70 ਪੈਸੇ ਟਾਇਰ ਨੇ, ਬੇਦਾਗ ਸਾਫ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਟੌਪ ਕਲਾਸ ਦੇ ਅਲੋਏ ਵੀ ਲੱਗੇ ਨੇ, ਬਾਕੀ ਰੰਗ ਪੇਂਟ ਗੱਡੀ ਦਾ ਬਿਲਕੁਲ ਓਕੇ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਮੇਜਰ ਐਕਸੀਡੈਂਟ ਨਹੀਂ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ ਵੀਰੇ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਸਰਵਿਸ ਵਗੈਰਾ ਹੋਈ ਵੀ ਹੈ,
ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ, ਵਧੀਆ ਸਮੂਥ ਗੱਡੀ ਚੱਲਦੀ ਹੈ ਵੀਰੇ, ਵਧੀਆ ਟੋਪ ਕਲਾਸ ਦੀ ਕੰਡੀਸ਼ਨ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ 4 ਚੈਨਲ ਵਾਲਾ ਐਂਪ ਲੱਗਿਆ ਹੋਇਆ ਵੀਰੇ, ਪਾਵਰ ਗੱਡੀ ਹੈ ਸਾਰੀ, ਬਿਲਕੁਲ ਓਕੇ ਕੰਡੀਸ਼ਨ ਹੈ। ਹਰਿਆਣਾ ਨੰਬਰ ਗੱਡੀ ਹੈ, ਐਫੀਡੇਵਿਟ ਵਗੈਰਾ ਵੀਰਾਂ ਦੇ ਕੋਲ ਨੇ, ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। VIP ਹਰਿਆਣਾ ਨੰਬਰ ਹੈ ਵੀਰੇ। ਏਰੀਆ ਹਾਕਮ ਸਿੰਘ ਵਾਲਾ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਬਠਿੰਡਾ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਉਹ ਕੀਮਤ ਰੱਖੀ ਗਈ ਹੈ, 1,05,000 ਰੁਪਇਆ ਡਿਮਾਂਡ ਹੈ ਵੀਰੇ, ਬਾਕੀ ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ, ਸਵਿਫਟ ਡਿਜ਼ਾਇਰ ਗੱਡੀ ਹੈ ਵੀਰੇ, 2014 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜੋ ਟਾਇਰ ਨੇ, ਚਾਰੋ ਟਾਇਰ ਬਿਲਕੁਲ ਨਵੇਂ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰਾ ਓਰਿਜਨਲ ਪੇਂਟ ਹੈ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਸੀਲਡ ਇੰਜਨ ਗੇਅਰ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਬਿਲਕੁਲ ਓਕੇ ਕੰਡੀਸ਼ਨ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਚੱਲਦਾ ਹੈ, ਪਾਵਰ ਗੱਡੀ ਹੈ ਸਾਰੀ, ਬਿਲਕੁਲ ਏ ਕਲਾਸ ਕੰਡੀਸ਼ਨ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਹਰਿਆਣਾ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ, NOC ਵਗੈਰਾ ਵੀਰ ਕਟਵਾ ਕੇ ਦੇਣਗੇ, ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਏਰੀਆ ਵੀਰੇ ਸਰਦੂਲਗੜ੍ਹ ਏਰੀਆ ਵੀਰਾਂ ਦਾ, ਜ਼ਿਲ੍ਹਾ ਮਾਨਸਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਉਹ ਡਿਮਾਂਡ ਰੱਖੀ ਗਈ ਹੈ, 3,90,000 ਰੁਪਇਆ ਡਿਮਾਂਡ ਹੈ ਵੀਰੇ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ। ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨੂੰ ਹੁੰਡਾਏ ਏਸੈਂਟ ਗੱਡੀ ਦਿਖਾ ਰਹੇ ਹਾਂ, ਹੁੰਡਾਏ ਏਸੈਂਟ ਵੀਰੇ 2006 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ, ਡੀਜ਼ਲ ਵਰਜ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਉਹ ਟਾਇਰ ਨੇ 90 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀਲ ਲੱਗੇ ਹੋਏ ਨੇ, ਵਧੀਆ ਟੋਪ ਕਲਾਸ ਦੇ ਅਲੋਏ ਵੀਲ ਲੱਗੇ ਨੇ, ਬਿਲਕੁਲ ਓਕੇ ਕੰਡੀਸ਼ਨ ਹੈ, ਸਾਰਾ ਓਰਿਜਨਲ ਪੇਂਟ ਹੈ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ, ਬਾਕੀ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਚੱਲਦਾ ਹੈ, ਕੋਈ ਕਮੀ ਪੇਸ਼ੀ ਨਹੀਂ, ਵਧੀਆ ਟੋਪ ਕਲਾਸ ਦੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ, ਸਰਵਿਸ ਵਗੈਰਾ ਸਭ ਡਨ ਹੈ, ਪਾਵਰ ਸਾਰੀ ਗੱਡੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਪੰਜਾਬ ਨੰਬਰ ਗੱਡੀ ਹੈ ਵੀਰੇ, ਫੈਂਸੀ ਨੰਬਰ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਏਰੀਆ ਵੀਰੇ ਸ਼ਾਹਪੁਰ ਏਰੀਆ ਵੀਰਾਂ ਦਾ, ਜ਼ਿਲ੍ਹਾ ਲੁਧਿਆਣਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਉਹ ਕੀਮਤ ਰੱਖੀ ਗਈ ਹੈ, 1,65,000 ਰੁਪਇਆ ਡਿਮਾਂਡ ਹੈ ਵੀਰੇ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ। ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਟੋਇਟਾ ਨੋਵਾ ਗੱਡੀ ਦਿਖਾ ਰਹੇ ਹਾਂ, ਟੋਇਟਾ ਨੋਵਾ ਵੀਰੇ 2013 ਮਾਡਲ ਗੱਡੀ ਹੈ, ਲੋਨ ਅਵੇਲੇਬਲ ਹੈ। ਗੱਡੀ ਦੇ ਵੀਰੇ ਟਾਇਰ ਨੇ, ਫਰੰਟ ਵਾਲੇ ਟਾਇਰ 50 ਪੈਸੇ ਨੇ, ਬੈਕ ਵਾਲੇ ਟਾਇਰ ਬਿਲਕੁਲ ਨਵੇਂ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਸਾਰਾ ਓਰਿਜਨਲ ਪੇਂਟ ਹੈ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰੀ ਕੰਡੀਸ਼ਨ ਪਈ ਹੈ ਗੱਡੀ ਦੀ, ਸਰਵਿਸ ਵਗੈਰਾ ਸਭ ਡਨ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੋਪ ਕਲਾਸ ਦਾ ਇੰਟੀਰੀਅਰ ਹੈ, ਵਧੀਆ ਟੋਪ ਕਲਾਸ ਦੇ ਸ਼ੀਟ ਕਵਰ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਚੱਲਦਾ ਹੈ, ਪਾਵਰ ਗੱਡੀ ਹੈ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ, ਸੀਲਡ ਇੰਜਨ ਗੇਅਰ ਹੈ ਵੀਰੇ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਬਿਲਕੁਲ ਟੋਪ ਕਲਾਸ ਦੀ ਕੰਡੀਸ਼ਨ ਦੇ ਵਿੱਚ ਗੱਡੀ ਹੈ, ਪੰਜਾਬ ਨੰਬਰ ਗੱਡੀ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਇਸ ਦੇ ਉੱਪਰ ਵੀਰੇ ਲੋਨ ਅਵੇਲੇਬਲ ਹੈ ਗੱਡੀ ਦੇ ਉੱਪਰ, ਜਿਸਦਾ ਵੀਰੇ 3,90,000 ਰੁਪਏ ਦਾ ਲੋਨ ਹੈ, 2,60,000 ਰੁਪਇਆ ਵੀਰਾਂ ਨੇ ਕੈਸ਼ ਲੈਣਾ ਹੈ, ਟੋਟਲ ਗੱਡੀ ਦੀ ਕੀਮਤ ਹੈ ਵੀਰੇ 6,50,000 ਰੁਪਇਆ, ਤੁਸੀਂ ਦੋਨੋਂ ਤਰ੍ਹਾਂ ਨਾਲ ਵੀਰੇ ਗੱਡੀ ਖਰੀਦ ਸਕਦੇ ਹੋ। ਏਰੀਆ ਵੀਰੇ ਅਨੂਪਗੜ੍ਹ ਏਰੀਆ ਵੀਰਾਂ ਦਾ, ਰਾਜਸਥਾਨ ਦੇ ਵਿੱਚ, ਉੱਥੇ ਵੀਰਾਂ ਕੋਲ ਗੱਡੀ ਹੈ, ਪੰਜਾਬ ਨੰਬਰ ਗੱਡੀ ਹੈ, ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ, ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਕੇ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ।
ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕੁਐਸਟ ਆ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਉਮੀਦ ਕਰ ਰਹੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦੇਣੇ ਹੈ ਤਾਂ ਜੋ ਸਾਡੇ ਵੱਲੋਂ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ ਅਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ। ਸੋ ਉਮੀਦ ਕਰਦੇ ਇਸ ਤਰ੍ਹਾਂ ਜੁੜੇ ਰਹੋਗੇ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕੁਐਸਟ ਹੁਣ ਆਪਣੀ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ, ਸੋ ਪਲੀਜ਼ ਵੀਰੇ ਰਿਕੁਐਸਟ ਹੈ ਕਿ ਸਾਰੇ ਵੀਰਾਂ ਨੂੰ ਇਸ ਚੀਜ਼ ਦਾ ਪਤਾ ਵੀਰੇ ਵੀ ਆਪਣਾ ਖੁਦ ਦਾ ਕੋਈ ਕਮਿਸ਼ਨ ਨਹੀਂ ਐਡ ਹੁੰਦਾ, ਕੋਈ ਆਪਣਾ ਰੇਟ ਨਹੀਂ ਐਡ ਹੁੰਦਾ, ਜੋ ਰੇਟ ਮੇਰੇ ਵੀਰ ਮਾਲਕ ਵੀਰ ਸੈਂਡ ਕਰਦੇ ਨੇ ਉਸ ਦੇ ਰਿਕਾਰਡਿੰਗ ਵੀਰੇ ਆਪਾਂ ਐਡ ਕਰਦੇ ਹਾਂ, ਮਾਲਕ ਵੀਰਾਂ ਵੱਲੋਂ ਦੱਸੇ ਹੋਏ ਰੇਟ ਦੇ ਅਨੁਸਾਰ ਉਹਨਾਂ ਵੱਲੋਂ ਦਿੱਤੀ ਹੋਈ ਜਾਣਕਾਰੀ ਦੇ ਅਨੁਸਾਰ ਵੀਰੇ ਆਪਣੀ ਐਡ ਹੋਣੀ ਹੁੰਦੀ ਹੈ। ਸੋ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਵੀ ਰੇਟ ਉਹੀ ਰੱਖੋ ਵੀਰੇ ਜਿਹੜਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬਣਦਾ ਹੈ ਅਤੇ ਸਹੀ ਜਾਣਕਾਰੀ ਦਿਓ, ਫੇਕ ਜਾਣਕਾਰੀ ਨਾਲ ਵੀਰੇ ਆਪਣੇ ਚੈਨਲ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਤੁਹਾਡੀਆਂ ਚੀਜ਼ਾਂ ਵੀ ਨਹੀਂ ਸੇਲ ਹੋ ਪਾਉਂਦੀਆਂ। ਸੋ ਉਮੀਦ ਕਰਦੇ ਹਾਂ ਅੱਗੇ ਤੋਂ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰੋਗੇ, ਸਾਥ ਦਿਓਗੇ, ਸਹੀ ਰੇਟ ਦੇ ਉੱਪਰ ਸਹੀ ਜਾਣਕਾਰੀ ਦੇ ਕੇ ਚੀਜ਼ਾਂ ਸੈਂਡ ਕਰੋਗੇ। ਸੋ ਥੈਂਕ ਯੂ ਵੀਰੇ, ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਪਣੇ ਕਿਸਾਨ ਵੀਰਾਂ ਕੋਲ ਵੀਡੀਓ ਅੱਗੇ ਤੋਂ ਅੱਗੇ ਪਹੁੰਚਦੀ ਰਹੇ।